ਕੈਨੇਡਾ ਦੀ ਸਿਆਸਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮਸਲੇ ਬਾਕੀ ਮੁਲਕਾਂ ਵਾਂਗ ਉੱਭਰਦੇ ਰਹਿੰਦੇ ਆ। ਭ੍ਰਿਸ਼ਟਾਚਾਰ ਜਿਹੜਾ ਆ, ਭਾਈ ਭਤੀਜਾਵਾਦ ਹੋਰਨਾਂ ਮੁਲਕਾਂ ਦੇ ਮੁਕਾਬਲੇ ਹਾਲੇ ਤਾਂ ਘੱਟ ਆ, ਪਰ ਹੈਗਾ ਆ। ਅਜਿਹਾ ਹੀ ਇੱਕ ਮਾਮਲਾ ਜਿਹੜਾ SENC ਲੈਵਲ ਵਾਲਾ, ਮੌਂਟਰੀਅਲ ਵਾਲਾ, ਕਿਬੈਕ ਵਾਲਾ ਜਿਹੜਾ ਸਾਹਮਣੇ ਆਇਆ ਸੀਗਾ, ਉਹਦੇ ਵਿੱਚ ਜਿਹੜੇ BC ਦੇ ਪਹਿਲੇ ਇੰਡੀਜਨਸ ਮੰਤਰੀ ਸੀਗੇ, ਮੂਲ ਨਿਵਾਸੀ ਭਾਈਚਾਰੇ ਵਿੱਚੋਂ ਕੈਬਨਿਟ ਮੰਤਰੀ ਆ, ਬੜਾ ਉਹਨਾਂ ਦਾ ਰੈਪੂਟੇਸ਼ਨ ਹੈ, ਜੂਡੀ ਰੇਬੋਲਡ ਉਹਨਾਂ ਦਾ ਨਾਂ ਅੱਗੇ ਆਇਆ ਸੀਗਾ। ਕਿਸ ਨਾ ਕਿਸ ਤਰ੍ਹਾਂ ਟੂਡੋ ਸਰਕਾਰ ਜਿਹੜੀ ਆ, ਸਾਰਾ ਭਾਰ ਉਹਨਾਂ ਦੇ ਉੱਤੇ ਪਾ ਕੇ, ਬੋਝ ਪਾ ਕੇ ਉਹਨਾਂ ਨੂੰ ਦੋਸ਼ੀ ਬਣਾਉਣਾ ਚਾਹੁੰਦੀ ਸੀਗੀ। ਉਹ ਇਸ ਮਸਲੇ ਵਿੱਚ ਖੁੱਲ੍ਹ ਕੇ ਬੋਲ ਰਹੇ ਸੀਗੇ, ਇਸ ਕਰਕੇ ਤਕਰਾਰ ਹੋ ਗਿਆ। ਲਿਬਰਲ ਪਾਰਟੀ ਛੱਡ ਦਿੱਤੀ, 2019 ਦੇ ਵਿੱਚ ਦੁਬਾਰਾ ਆਜ਼ਾਦ ਚੋਣ ਜਿੱਤ ਕੇ BC ਦੇ ਵੈਨਕੂਵਰ ਗ੍ਰਿਨਵਲ ਹਲਕੇ ਤੋਂ MP ਚੁਣੇ ਗਏ। ਹੁਣ ਜੀਡੀ ਰੇਬੋਲਡ ਜਿਹੜੇ ਕਿ ਕਿਸੇ ਵੇਲੇ ਲਿਬਰਲ ਪਾਰਟੀ ਦੇ ਸੀਨੀਅਰ ਆਗੂ ਸੀ, ਕੈਬਨਿਟ ਮੰਤਰੀ ਸੀਗੇ, ਉਹਨਾਂ ਦੇ ਆਸਾਂ ਸੀਗੀਆਂ ਕਿ ਜੇ ਹੁਣ ਸਤੰਬਰ ਵਿੱਚ ਚੋਣਾਂ ਹੁੰਦੀਆਂ ਤਾਂ ਗਾਂਹ ਉਹ ਕੀ ਕਰਨਗੇ। ਕਈ ਕਹਿੰਦੇ ਸੀ ਵੀ ਉਹਨਾਂ ਨੇ ਪਾਰਟੀ ਚੇਂਜ ਕਰ ਲੈਣੀ ਆ, NDP 'ਚ ਜਾ ਸਕਦੇ ਆ, ਕੁਝ ਕਹਿ ਰਹੇ ਸੀ ਵੀ ਅੱਗੇ ਵੀ ਯਾਦ ਦਿੱਤੇ ਸੀਗੇ, ਐਤਕੀ ਵੀ ਯਾਦ ਖੜ੍ਹ ਕੇ ਜਿੱਤ ਜਾਣਗੇ, ਪਰ ਉਹਨਾਂ ਨੇ ਹੁਣ ਇਹ ਗੱਲਾਂ ਤੋਂ ਕਿਨਾਰਾ ਕਰ ਲਿਆ। ਉਹ ਕਹਿੰਦੇ ਵੀ ਮੈਂ ਚੋਣੇ ਨਹੀਂ ਲੜਨੀ। ਸੋ ਜੂਡੀ ਰੇਬੋਲਡ ਨੇ ਅਗਲੀਆਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਜੀ। ਉਹ ਕਹਿੰਦੇ ਵੀ ਅਸਲ ਦੇ ਵਿੱਚ ਮੈਂ ਚੋਣ ਲੜਨੀ ਇਸ ਕਰਕੇ ਨਹੀਂ ਚਾਹੁੰਦੀ ਕਿਉਂਕਿ ਜਿਹੜੀ ਪਾਰਲੀਮੈਂਟ ਹਿੱਲ ਆ ਸਾਡਾ, ਜਿਹੜੀ ਕਿ ਪਾਰਲੀਮੈਂਟ ਹਾਲ ਆ, ਪਾਰਲੀਮੈਂਟ ਸਾਡੀ ਆ, ਉੱਥੋਂ ਦਾ ਜਿਹੜਾ ਮਾਹੌਲ ਆ ਕਹਿੰਦੇ ਬਹੁਤ ਜ਼ਹਿਰੀਲਾ ਅਤੇ ਨਾਲ ਦੀ ਨਾਲ ਜਿਹੜਾ ਆ ਬੇਅਸਰਦਾਰ ਹੋ ਗਿਆ। ਤੁਸੀਂ ਗੱਲਾਂ ਹੋਰ ਕਰਦੇ ਆ, ਕੰਮ ਹੋਰ ਕਰਦੇ ਆ, ਬਾਹਰ ਲੋਕਾਂ ਨੂੰ ਕੁਛ ਹੋਰ ਕਹਿੰਦੇ ਆ, ਅੰਦਰ ਕੁਛ ਹੋਰ ਹੋ ਰਿਹਾ ਆ, ਇੱਕ ਦੂਜੇ ਦੀ ਪਿੱਠ ਦੇ ਪਿੱਛੇ ਗੱਲਾਂ ਬਾਤਾਂ ਹੁੰਦੀਆਂ, ਆਪਣੇ ਹੀ ਬੰਦਿਆਂ ਦਾ ਜਿਹੜਾ ਆ ਨਾਲ ਵਿਸਾਹਘਾਤ ਕੀਤਾ ਜਾਂਦਾ ਆ। ਇਸ ਕਰਕੇ ਕਹਿੰਦੇ ਵੀ ਮੇਰਾ ਹੁਣ ਇੰਟਰਸਟ ਨਹੀਂ ਰਿਹਾ ਹੈਗਾ। ਕਹਿੰਦੇ ਜੇ ਕਮਿਊਨਿਟੀ ਦੀ ਸੇਵਾ ਕਰਨੀ ਆ, ਲੋਕਾਂ ਦੀ, ਸਮਾਜ ਦੀ ਸੇਵਾ ਕਰਨੀ ਆ, ਉਹਦੇ ਵਾਸਤੇ ਹੋਰ ਤਰੀਕੇ ਹੈਗੇ ਆ ਜਿਹਦੇ ਰਾਹੀਂ ਮੈਂ ਕਰ ਸਕਦੀ ਹਾਂ। ਮੈਂ ਆਪਣੇ ਟੀਚੇ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਮਿੱਥਾਂਗੀ, ਲੋਕਾਂ ਨਾਲ ਸ਼ੇਅਰ ਕਰਾਂਗੀ। ਪਰ ਜਿਹੜੀ ਆ ਸਿਆਸਤ ਵਾਲੀ ਗੱਲ ਆ, ਚੋਣਾਂ ਵਾਲੀ ਗੱਲ ਆ, ਵੀ ਇੱਥੋਂ ਹੁਣ ਮੈਂ ਫਤਿਹ ਬੁਲਾਉਣ ਲੱਗੀ ਹਾਂ, ਸਤਿ ਸ਼੍ਰੀ ਅਕਾਲ ਸਮਝੋ ਵੀ ਮੈਂ ਇਹ ਗੱਲ ਜਿਹੜੀ ਆ ਹੁਣ ਚੋਣ ਨਹੀਂ ਲੜਨੀ ਹੈਗੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।